ਰਾਜਵਿੰਦਰ ਜੀ ਜਿਹਦੀ ਮੌਤ ਹੋਈ ਹੈ ਕੀ ਲੱਗਦੇ ਨੇ ਤੁਹਾਡੇ? ਮੇਰੀ ਮਾਸੀ ਦਾ ਬੇਟਾ ਸੀ ਜੀ। ਕਿਵੇਂ ਮੌਤ ਹੋਈ ਇਹਨਾਂ ਦੀ? ਸਰ ਉਹਦਾ ਗਲੇ 'ਚ ਰੱਸੀ ਪਾ ਕੇ ਕਿਸੇ ਨੇ ਕਤਲ ਕੀਤਾ। ਤੁਹਾਨੂੰ ਕਿਵੇਂ ਪਤਾ ਲੱਗਿਆ ਇਹ? ਸਰ ਮੈਂ ਸੁਬਾਹ ਅਖਬਾਰ ਪੜ੍ਹਿਆ ਵਾ, ਅਖਬਾਰ ਤੋਂ ਐਡ ਪੜ੍ਹ ਕੇ ਦੇਖਿਆ ਵਾ, ਦੇਖ ਕੇ ਮੈਂ ਆਪਦੇ ਮਾਮੇ ਨੂੰ ਫੋਨ ਕੀਤਾ, ਉਹਨੇ ਵੀ ਅਖਬਾਰ 'ਤੇ ਖਬਰ ਪੜ੍ਹੀ ਆ, ਫਿਰ ਮੈਨੂੰ ਪਤਾ ਲੱਗਾ ਅਖਬਾਰ 'ਤੇ ਵੀ ਹੋਸਪਿਟਲ 'ਚ ਮੈਂ ਇੱਥੇ ਆਈ ਹਾਂ। ਨਹੀਂ, ਅਖਬਾਰ ਦੇ ਵਿੱਚ ਤਾਂ ਇੱਕ ਅਗਿਆਤ ਲਾਸ਼ ਮਿਲੀ ਸੀਗੀ ਲਿਖਿਆ ਸੀਗਾ, ਪਹਿਚਾਣ ਕਿਵੇਂ ਆਈ ਤੁਹਾਨੂੰ? ਪਹਿਚਾਣ ਉਹਦਾ ਡਰੈਸ ਪੜ੍ਹ ਕੇ ਮੈਨੂੰ ਪਤਾ ਲੱਗਾ ਵੀ ਕੱਲ੍ਹ ਨਿਕਲਾਂ ਤੋਂ ਆ, ਫਿਰ ਹੋਸਪਿਟਲ 'ਚ ਵੀ ਮੈਂ ਉਹਦੇ ਕੋਲ ਗਈ ਇੱਕ ਦੋ ਵਾਰ, ਇੱਥੇ ਦਾਖਲ ਸੀਗਾ ਐਡਮਿਟ। ਕਿੱਥੇ ਦਾਖਲ ਸੀਗੇ? ਡੀ ਕੇ ਬੋਲਦੇ ਹੋਸਪਿਟਲ। ਅਤੇ ਇਹ ਰਹਿੰਦੇ ਕਿੱਥੇ ਸੀਗੇ? ਇਹ ਰਹਿੰਦਾ ਤਾਂ ਇਕੱਲੀ ਸੀ, ਜਿਸ ਦਿਨ ਮੈਂ ਹੋਸਪਿਟਲ 'ਚ ਗਈ ਹਾਂ ਮੈਨੂੰ ਆਉਂਦਾ ਮੈਨੂੰ 2 ਮਹੀਨੇ ਹੋ ਗਏ ਆਏ ਨੂੰ, ਅਤੇ ਜਿਹੜੇ ਇਹਨਾਂ ਦੀ ਜ਼ਮੀਨ ਖਰੀਦੀ ਆ ਜਿਨ੍ਹਾਂ ਨੇ, ਉਹ ਹੀ ਉਹਨਾਂ ਨੂੰ ਐਡਮਿਟ ਕਰਾਇਆ ਸੀ ਉਹਨਾਂ ਨੇ। ਉਹਨੂੰ ਮੈਂ ਇਹ ਗੱਲ ਕਹੀ ਸੀ ਜਿਹਨੇ ਜ਼ਮੀਨ ਖਰੀਦੀ ਆ, ਵੀ ਵੀਰੇ ਮੈਨੂੰ ਨਾ ਜੋ ਤੁਸੀਂ ਜ਼ਮੀਨ ਇਹਦੀ ਖਰੀਦੀ ਆ ਪੇਪਰ ਦਿਖਾਇਆ ਜੋ ਜੋ ਪੈਸੇ ਦਿੱਤੇ ਆ। ਮੈਨੂੰ ਕਹਿੰਦਾ ਠੀਕ ਆ, ਮੈਨੂੰ ਕੁਛ ਨਹੀਂ ਦਿਖਾ ਕੇ ਗਿਆ ਵਾ। ਮੈਂ ਉਹਨੂੰ ਇਹ ਵੀ ਕਿਹਾ ਸੀ ਜਿਸ ਦਿਨ ਛੁੱਟੀ ਮਿਲੀ ਨਾ ਤੁਸੀਂ ਮੈਨੂੰ ਫੋਨ ਕਰਿਆ ਜੋ, ਅਤੇ ਇਹਨੂੰ ਅਸੀਂ ਲੈ ਜਾਂਗੇ। ਉਹਨਾਂ ਨੇ ਮੈਨੂੰ ਕਾਲ ਨਹੀਂ ਕੀਤੀ ਕਿ ਵੀ ਇਹਨੂੰ ਛੁੱਟੀ ਮਿਲੀ ਆ ਕਿਸ ਦਿਨ। ਮੈਂ ਮੈਡੀਸਿਟੀ ਜੋਬ ਕਰਦੀ ਸੀ, ਮੈਂ ਕਿਹਾ ਮੈਂ ਮੈਨੂੰ ਉਹਨੇ ਇਹ ਦੱਸਿਆ ਸੀ ਮਾਸੀ ਦੇ ਮੁੰਡੇ ਨੇ, ਕਹਿੰਦਾ ਸੋਮਵਾਰ ਮੈਨੂੰ ਛੁੱਟੀ ਮਿਲ ਜਾਣੀ। ਮੈਂ ਕਿਹਾ ਕੋਈ ਗੱਲ ਨਹੀਂ, ਵੀ ਸੋਮਵਾਰ ਮੈਂ ਤੇਰੇ ਕੋਲ ਆਉਂਦੀ। ਅਤੇ ਬਾਹਰੋਂ ਆਏ ਸੀਗੇ ਇਹ? ਹਾਂਜੀ, ਇਹ ਬਾਹਰੋਂ ਆਏ ਸੀਗੇ। ਕਦੋਂ ਆਏ ਸੀਗੇ? ਇਹਨਾਂ ਨੂੰ 2-3 ਮਹੀਨੇ ਹੋ ਗਏ ਆਏ। ਕਿੱਥੇ ਰਹਿੰਦੇ ਸੀਗੇ? ਇਹਨਾਂ ਦਾ ਰਹਿਣ ਦਾ ਨਹੀਂ ਮੈਨੂੰ ਪਤਾ, ਮੈਂ ਸਿਰਫ ਹੋਸਪਿਟਲ। ਬਾਹਰ ਕਿਹੜੀ ਜਗ੍ਹਾ ਤੋਂ ਆਏ ਸੀ? ਇੰਗਲੈਂਡ ਤੋਂ। ਕਿੰਨੀ ਦੇਰ ਹੋ ਗਈ ਸੀ ਉੱਥੇ ਰਹਿੰਦੇ ਨੂੰ? ਇਹਨਾਂ ਨੂੰ ਗਿਆ ਨੂੰ ਤਾਂ ਕਾਫੀ ਟਾਈਮ ਹੋ ਗਿਆ ਸੀਗਾ, 20-25 ਸਾਲ ਹੀ ਹੋ ਗਏ ਸੀਗੇ। ਡਿਪੋਰਟ ਕੀਤਾ ਸੀ ਉੱਥੋਂ? ਹਾਂਜੀ, ਉੱਥੋਂ ਡਿਪੋਰਟ ਕੀਤਾ ਸੀਗਾ, ਉਹ ਵੀ ਮੈਨੂੰ ਇੱਥੇ ਹੋਸਪਿਟਲ 'ਚ ਹੀ ਪਤਾ ਲੱਗਾ ਜਿਸ ਦਿਨ ਮੈਂ ਪਤਾ ਲੱਗਿਆ ਸੀ। ਅਤੇ ਕੀ ਕਾਰਨ ਸਮਝਦੇ ਉਹਨਾਂ ਦੀ ਮੌਤ ਦਾ? ਉਹਨਾਂ ਦੀ ਮੌਤ ਦਾ ਸਰ ਮੈਂ ਇਹੀ ਸਮਝਦੀ ਹਾਂ, ਮੈਨੂੰ ਜਿਨ੍ਹਾਂ ਨੇ ਇਹਦੀ ਜ਼ਮੀਨ ਖਰੀਦੀ ਉਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਸੀਗਾ ਵੀ ਅਸੀਂ ਇਹਨੂੰ ਛੁੱਟੀ ਮਿਲ ਗਈ ਆ, ਕੋਈ ਮੈਨੂੰ ਕਾਲ ਨਹੀਂ ਕੀਤੀ। ਉਹਨਾਂ ਨੂੰ ਮੈਂ ਇਹੀ ਕਿਹਾ ਸੀ ਮੈਨੂੰ ਕਾਲ ਕਰਿਆ ਜੋ, ਜਿਸ ਦਿਨ ਇਹਨੂੰ ਛੁੱਟੀ ਮਿਲਣੀ ਹੋਈ ਇਹਨੂੰ ਅਸੀਂ ਲੈ ਜਾਂਗੇ। ਉਹਨਾਂ ਨੇ ਕੋਈ ਕਾਲ ਨਹੀਂ ਕੀਤੀ ਕਿ ਵੀ ਛੁੱਟੀ ਮਿਲੀ ਆ। ਮੈਂ ਇਹੀ ਸਮਝਦੀ ਹਾਂ ਵੀ ਜਿਹੜਾ ਇਹਨਾਂ ਨੇ ਲਕੋ ਰੱਖਿਆ ਇਸ ਗੱਲ ਦਾ ਛੁੱਟੀ ਦਾ, ਵੀ ਕਾਤਲ ਹੀ ਉਹਨਾਂ ਨੇ ਕੀਤਾ ਵਾ। ਬਾਹਰ ਜਿਹੜਾ ਮੇਰੀ ਮਾਸੀ ਦਾ ਮੁੰਡਾ ਸੀ ਦੁਬਈ 'ਚ, ਉਹਨੇ ਵੀ ਮੈਨੂੰ ਫੋਨ ਕੀਤਾ ਵਾ। ਇਹ ਮੁੰਡੇ ਨੇ ਮੈਨੂੰ ਦੱਸਿਆ ਜਿਹਨੇ ਜ਼ਮੀਨ ਖਰੀਦੀ ਆ, ਕਹਿੰਦਾ ਭੈਣੇ ਮੈਨੂੰ ਤਾਰੀ ਨੇ ਇਹ ਗੱਲ ਕਹੀ ਸੀ ਬਾਹਰ, ਨੇ ਕਹਿੰਦਾ ਜੇ ਮੇਰੇ ਭਰਾ ਨੂੰ ਕੁਛ ਹੋ ਗਿਆ ਮੈਂ ਤੁਹਾਡੇ ਜਿੰਨੇ ਪਾਉਂਗਾ, ਕਤਲ ਵੀ ਕੁਛ ਵੀ ਹੋ ਗਿਆ ਤੁਸੀਂ ਉਹਨੂੰ ਲਈ ਕਰਦੇ। ਹੋਸਪਿਟਲ ਦੇ ਵਿੱਚ ਵਧੀਆ ਠੀਕ ਸੀ ਸਰ, ਫਿਰ ਅੱਡੀ 'ਤੇ ਸੱਟ ਸੀਗੀ, ਡਾਕਟਰ ਕੋਲ ਬੈਠਾ ਵਾ ਮੈਂ, ਸ਼ਾਮ ਨੂੰ ਵੀ ਗਈ ਹਾਂ ਉਦੋਂ ਵੀ ਬੈਠਾ ਸੀਗਾ, ਉਸ ਤੋਂ ਬਾਅਦ ਮੈਂ ਹੋਸਪਿਟਲ ਨਹੀਂ ਗਈ। ਪਤਾ ਨਹੀਂ ਇਹਨਾਂ ਨੇ ਕਿਸ ਦਿਨ ਛੁੱਟੀ ਦਵਾਈ ਆ, ਕਿਸ ਦਿਨ ਇਹਨੂੰ ਉੱਥੋਂ ਲੈ ਗਈ, ਉਹ ਕੁਛ ਨਹੀਂ ਇਹਨਾਂ ਨੇ ਮੈਨੂੰ ਦੱਸਿਆ ਜਿਨ੍ਹਾਂ ਨੇ ਜ਼ਮੀਨ ਖਰੀਦੀ ਆ ਉਹ ਲੈ ਕੇ ਗਏ। ਹਾਂਜੀ, ਉੱਥੇ ਸਾਨੂੰ ਪਤਾ ਹੋਣਾ ਚਾਹੀਦਾ ਹੋਸਪਿਟਲ 'ਚ ਵੀ ਉੱਥੋਂ ਛੁੱਟੀ ਕਿਹੜੇ ਬੰਦੇ ਨੇ ਦਵਾਈ ਆ, ਕਿਹਦੇ ਸੈਣ ਆ, ਉਹੀ ਕਤਲ ਹੋਊਗਾ ਜਿਹਨੇ ਇਹਦੀ ਛੁੱਟੀ ਦਵਾਈ ਆ। ਪਰਮਜੀਤ ਕੌਰ ਜੀ। ਪਰਮਜੀਤ ਜੀ, ਤੁਹਾਡੇ ਜੇਠ ਦੀ ਲਾਸ਼ ਮਿਲੀ ਹੈ ਕੱਲ੍ਹ? ਹਾਂਜੀ। ਕਿੱਥੋਂ ਆਏ ਸੀਗੇ, ਕਿਵੇਂ ਮੌਤ ਹੋਈ ਜਾਂਦੀ? ਇਹ ਜੀ ਇੰਗਲੈਂਡ ਤੋਂ ਆਏ ਸੀ ਜੀ, 3-4 ਮਹੀਨੇ ਹੋ ਗਏ। ਕਿੰਨੀ ਦੇਰ ਤੋਂ ਰਹਿੰਦੇ ਸੀ ਇੰਗਲੈਂਡ? ਇੰਗਲੈਂਡ ਜੀ 20 ਸਾਲ ਤੋਂ ਉੱਪਰ ਹੀ ਹੋ ਗਏ ਸੀ। ਉੱਥੇ ਰਹਿੰਦੇ ਸੀਗੇ? ਹਾਂਜੀ। ਅੱਛਾ, ਅਤੇ ਹੁਣ ਇਹਨਾਂ ਦੀ ਕੱਲ੍ਹ ਲਾਸ਼ ਮਿਲੀ ਹੈ, ਕਿਵੇਂ ਪਤਾ ਲੱਗਾ ਤੁਹਾਨੂੰ, ਕਿਵੇਂ ਮਾਰਿਆ ਗਿਆ, ਕੀ ਸਮਝਦੇ ਹੋ? ਮੈਨੂੰ ਤਾਂ ਜੀ ਮੇਰੇ ਹਸਬੈਂਡ ਦਾ ਫੋਨ ਆਇਆ ਵੀ ਆਏ ਕਰਕੇ ਤੈਨੂੰ ਪਤਾ ਲੱਗਿਆ ਮੈਂ ਕੁੱਕਰੀ ਸੀ ਆਪਦੇ ਪੇਕੇ, ਅਤੇ ਉੱਥੋਂ ਜਦੋਂ ਮੈਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਤੂੰ ਬੰਦੇ ਲੈ ਕੇ ਪਿੰਡੋਂ ਜਾ, ਕੱਲੀ ਜਾ, ਕੱਲ ਕਲਾਂ ਜਾ, ਅਤੇ ਉੱਥੋਂ ਫਿਰ ਅਸੀਂ ਜੀ ਝੜਕ ਗਏ ਜੀ ਥਾਣੇ 'ਚ ਜੀ, ਅਤੇ ਫਿਰ ਉੱਥੇ ਜੀ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡਾ ਹੀ ਆ ਬੰਦਾ ਜੀ ਇਹ, ਅਤੇ ਉੱਥੇ ਸ਼ਨਾਖਤੀ ਜੀ ਉਹਨਾਂ ਨੇ ਕੀਤੀ ਸਾਡੀ। ਕਿਵੇਂ ਮੌਤ ਹੋਈ ਹੈ, ਕੀ ਸਮਝ? ਮੌਤ ਜੀ ਉਹਨਾਂ ਨੇ ਤਾਂ ਇਹੀ ਦੱਸਿਆ ਵੀ ਇਹਦੀ ਰੱਸੀ ਪਾਈ ਸੀ ਗਲ 'ਚ, ਉਹਦੇ ਕਾਰਨ ਵੀ ਘੁੱਟ ਗਏ, ਗਲਾ ਘੁੱਟ ਗਏ ਜੀ ਕੀਤੀ ਹੈ। ਕੌਣ ਹੋ ਸਕਦਾ, ਕਿਹਨੇ ਮਾਰਿਆ ਹੋ ਸਕਦਾ, ਕੀ ਸਮਝ? ਅਸੀਂ ਤਾਂ ਜੀ ਹੁਣ ਐਂ ਤਾਂ ਕੁਛ ਕਹਿ ਨਹੀਂ ਸਕਦੇ ਜੀ, ਹੁਣ ਜਦੋਂ ਮੈਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ, ਮੈਂ ਤਾਂ ਉੱਥੇ ਸੀ ਕੋਕਰੀ। ਕਿੰਨੇ ਦਿਨ ਤੋਂ ਕੋਕਰੀ ਸੀ ਜੀ? ਮੈਂ ਤਾਂ ਤਕਰੀਬਨ 1 ਸਾਲ ਹੀ ਹੋ ਗਿਆ ਮੈਨੂੰ ਉੱਥੇ ਰਹਿੰਦੀ ਨੂੰ। ਕੋਕਰੀ 1 ਸਾਲ ਹੋ ਗਿਆ ਰਹਿੰਦੇ? ਹਾਂਜੀ। ਅਤੇ ਇਹ ਇੱਥੇ ਕਿੱਥੇ ਰਹਿੰਦੇ ਸੀਗੇ? ਇੱਥੇ ਇਕੱਲਾਂ ਜੀ ਘਰੇ ਹੀ ਰਹਿੰਦੇ ਸੀ ਸਾਡੇ। ਇਕੱਲੇ ਰਹਿੰਦੇ ਸੀਗੇ? ਹਾਂਜੀ, ਇਕੱਲੇ ਹੀ ਰਹਿੰਦੇ ਸੀ। ਅੱਛਾ। ਹਾਂਜੀ, ਅਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਜੀ ਫਿਰ ਮੇਰੇ ਹਸਬੈਂਡ ਨੇ ਫੋਨ ਲਾਇਆ, ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਦੱਸਿਆ ਮੈਨੂੰ। ਉਹ ਕਿੱਥੇ ਰਹਿੰਦੇ ਨੇ? ਉਹ ਦੁਬਈ 'ਚ ਆ ਜੀ। ਉਹਨਾਂ ਨੂੰ ਕਿਵੇਂ ਪਤਾ ਲੱਗਾ?
ਉਹਨਾਂ ਨੂੰ ਵੀ ਪਿੰਡੋਂ ਹੀ ਫੋਨ ਗਿਆ, ਇਸੇ ਬੰਦੇ ਦਾ ਹੀ ਗਿਆ ਸੀ ਫੋਨ ਜਿਹਨੇ ਜ਼ਮੀਨ ਖਰੀਦੀ ਹੈ। ਕੀ ਫੋਨ ਗਿਆ ਉਹਨਾਂ ਨੂੰ? ਵੀ ਐਂ ਕਰਕੇ ਸਿੰਮੇ ਦੀ ਮੌਤ ਹੋ ਗਈ ਆ ਅਤੇ ਉਹਦੇ ਗਲਾ ਘੁੱਟ ਕੇ ਉੱਥੇ ਸਹਿਤਾ ਨਹਿਰ 'ਤੇ ਦੱਸਿਆ ਸੀ। ਅਤੇ ਕੀ ਸਮਝਦੇ ਹੋ ਕਿਉਂ ਮਾਰਿਆ ਗਿਆ? ਹੁਣ ਜੀ ਉਹ ਤਾਂ ਆਪਣੇ ਸਾਹਮਣੇ ਹੀ ਆ ਜਿਵੇਂ ਹੈਗਾ ਜੀ, ਵੀ ਉਹਨੇ ਜ਼ਮੀਨ ਵੇਚੀ ਸੀ ਅਤੇ ਉਹ ਹੋਸਪਿਟਲ 'ਚ ਦਾਖਲ ਸੀ ਜੀ, ਅਤੇ ਬਾਹਰੇ ਬਾਹਰ ਉਹ ਪਿੰਡ 'ਚ ਵੀ ਨਹੀਂ ਆਇਆ ਛੁੱਟੀ ਲੈ ਕੇ ਜੀ। ਕਿਹਨੂੰ ਜ਼ਮੀਨ ਵੇਚੀ ਸੀ? ਕਿੰਨੀ ਜ਼ਮੀਨ ਵੇਚੀ ਸੀ? ਜਗਤਾਰ ਸਿੰਘ ਨੂੰ ਵੇਚੀ ਸੀ। ਉਹ ਕਿੱਥੋਂ ਦਾ ਰਹਿਣ ਵਾਲਾ? ਇਹ ਜੀ ਕੱਲ ਕਲਾਂ ਦਾ ਹੀ ਹੈ। ਕਿੰਨੀ ਜ਼ਮੀਨ ਵੇਚੀ ਸੀ? ਐਂ ਨਹੀਂ ਜੀ ਪਤਾ, ਜਣੀ ਉਹਦੇ ਹਿੱਸੇ ਆਉਂਦੀ ਸੀ ਜੀ, 1.25 ਕਿੱਲਾ ਜ਼ਮੀਨ ਦਾ ਸੀ ਜੀ, ਅਤੇ 36 ਮਰਲੇ ਘਰ ਦੀ ਜਗ੍ਹਾ ਸੀ ਜੀ। ਸਰ ਇੱਕ ਡੈੱਡ ਬੋਡੀ ਰਿਕਵਰ ਹੋਈ ਹੈ ਸਰ, ਕਿਸ ਕੀ ਡੈੱਡ ਬੋਡੀ ਹੈ ਔਰ ਪੁਲਿਸ ਦੁਆਰਾ ਕਿਆ ਕਿਆ ਜਾ ਰਿਹਾ? ਸੁਖਦੇਵ ਸਿੰਘ ਸੀਮਾ ਦੀ ਡੈੱਡ ਬੋਡੀ ਪਿੰਡ ਘੱਲ ਕਲਾਂ ਦੇ ਰਹਿਣ ਵਾਲੇ ਸੀਗੇ, ਇਹਦੀ ਡੈੱਡ ਬੋਡੀ ਮਿਲੀ ਹੈਗੀ ਆ। ਸੇਮ ਆਪਣੇ ਸੇਮ ਨਾਲਾ ਜਿਹੜਾ ਹੈਗਾ, ਜਿਹਦੀ ਜ਼ਮੀਨ ਹੈਗੀ ਉਹ ਲਖਵਿੰਦਰ ਸਿੰਘ ਉਹਦੇ ਉੱਪਰ ਪਿੰਡ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੀ ਦੀ ਜ਼ਮੀਨ ਆ। ਫਿਲਹਾਲ ਇਹ ਤਾਂ ਜਿਹੜਾ ਹੈਗਾ ਮੁਕੱਦਮਾ ਦਰਜ ਹੋ ਗਿਆ ਅਤੇ ਤਫਤੀਸ਼ ਜਿਹੜੀ ਹੈਗੀ ਆ ਜਾਰੀ ਹੈ। ਕਿੱਥੋਂ ਦਾ ਰਹਿਣ ਵਾਲਾ ਸੀ, ਕਿੱਥੋਂ ਬਾਹਰੋਂ ਆਇਆ ਸੀ NRI? ਇਹ ਤਾਂ ਪਤਾ ਲੱਗਾ ਵੀ ਇੰਗਲੈਂਡ ਤੋਂ ਆਇਆ ਹੈਗਾ, ਡਿਪੋਰਟ ਹੋ ਕੇ ਕਰੀਬ 4-3 ਮਹੀਨੇ ਪਹਿਲਾਂ ਹੀ ਆਇਆ ਹੈ। ਠੀਕ ਹੈ, ਅਤੇ ਡੈੱਡ ਬੋਡੀ ਨੂੰ ਦੇਖ ਕੇ ਕੀ ਲੱਗਦਾ ਸਰ, ਕਿੱਦਾਂ ਮੌਤ ਹੋਈ ਹੋਏਗੀ? ਡੈੱਡ ਬੋਡੀ ਨੂੰ ਦੇਖ ਕੇ ਤਾਂ ਇਹ ਲੱਗਦਾ ਹੈਗਾ ਵੀ ਇਹਦੀ ਗਲਾ ਘੁੱਟਣ ਨਾਲ ਮੌਤ ਹੋਈ ਹੈ ਲੱਗਦੀ ਹੈ, ਬਾਕੀ ਪੋਸਟਮਾਰਟਮ ਵਿੱਚ ਕਲੀਅਰ ਹੋ ਜੂਗਾ ਸਾਰਾ। ਠੀਕ।